ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡਾਂ ਸ਼ਹਿਰਾਂ ਵਿੱਚ ਨਸ਼ਾ ਤਸਕਰਾਂ ਨੂੰ ਦਬੋਚਣ ਲਈ ਅਤੇ ਨਸ਼ੇੜੀਆਂ ਦਾ ਇਲਾਜ ਕਰਵਾਉਣ ਲਈ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਹ ਕਲਾਂ 'ਚ ਸ਼ਹੀਦ ਦਲੀਪ ਸਿੰਘ ਅਤੇ ਸ਼ਹੀਦ ਹਰਗੋਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦ ਦਲੀਪ ਸਿੰਘ ਸਪੋਰਟਸ ਕਲੱਬ ਯੁਵਕ ਸੇਵਾਵਾਂ ਕਲੱਬ ਰਣਸੀਕੇ ਵੱਲੋਂ ਗੁਰਦੁਆਰਾ ਸਾਹਿਬ 'ਚ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮਨਜੀਤ ਸਿੰਘ DSP ਨਿਹਾਲ ਸਿੰਘ ਵਾਲਾ, ਲਕਸ਼ਮਣ ਸਿੰਘ SHO ਨਿਹਾਲ ਸਿੰਘ ਢਿੱਲੋਂ, ਰਮਨਪ੍ਰੀਤ ਕੌਰ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਅਤੇ ਇੰਚਾਰਜ CI ਸਟਾਫ ਬਿਲਾਸਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ SDO ਭੁਪਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਪਿੰਡ ਦੇ ਨੌਜਵਾਨ ਵਿਕਾਸ ਕਾਰਜਾਂ ਜਾਂ ਖੇਡਾਂ ਵਿੱਚ ਮੱਲਾਂ ਮਾਰ ਰਹੇ ਨੇ। ਉੱਥੇ ਕੁਝ ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ਿਆਂ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਸੀ, ਜਿਨ੍ਹਾਂ ਨੂੰ ਇਸ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਵਿਸ਼ੇਸ਼ ਕੈਂਪ ਲਵਾ ਕੇ ਪਿੰਡ 'ਚ ਬੁਨਿਆਦੀ ਕਰਵਾਈ ਗਈ ਕਿ ਜੋ ਵੀ ਬੱਚੇ ਸਾਡੇ ਨਸ਼ਿਆਂ ਦੀ ਮਾਰ ਹੇਠਾਂ ਆ ਗਏ ਨੇ ਉਹ ਸਾਡੇ ਕੋਲ ਆਉਣ, ਪ੍ਰਸ਼ਾਸਨ ਅਤੇ ਕਲੱਬ ਆਗੂ ਉਹਨਾਂ ਦਾ ਇਲਾਜ ਕਰਵਾਉਣਗੇ। ਅੱਛਾ, ਅੱਜ ਰਣਸੀਹਾਂ ਕਲਾਂ ਜ਼ਿਲ੍ਹਾ ਮੋਗਾ ਵਿਖੇ ਪਿੰਡ ਦੇ ਨੌਜਵਾਨ ਕਲੱਬ ਵੱਲੋਂ ਅਤੇ ਹੋਰ ਪਿੰਡ ਦੇ ਮੋਹਤਬਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਅਤੇ ਆਮ ਪਿੰਡਾਂ ਦੇ ਵਿੱਚ ਜਿਹੜਾ ਭੋਲੇ ਭਾਲੇ ਲੋਕ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾ ਰਹੇ ਆ ਅਤੇ ਇਹਨਾਂ ਦੇ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰਤੀ ਪੈਦਾ ਕਰਨ ਦੇ ਲਈ ਅਸੀਂ ਅੱਜ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਅਤੇ ਆ ਸਾਰੇ ਕਲੱਬ ਦੇ ਵੀਰਾਂ ਦੇ ਹੋਰ ਮੋਹਤਬਰ ਬੰਦਿਆਂ ਦੇ ਸਹਿਯੋਗ ਦੇ ਨਾਲ ਇਹ ਲੋਕਾਂ ਨੂੰ ਜਾਗਰਤੀ ਪੈਦਾ ਕਰਨ ਦੇ ਲਈ ਇਸ ਲੜੀ ਦੇ ਵਿੱਚ ਹੀ ਅੱਜ ਅਸੀਂ ਇੱਥੇ ਇੱਕ ਸਮਾਗਮ ਆਯੋਜਿਤ ਕੀਤਾ। ਡਿਪਟੀ ਸਾਹਿਬ, ਪਿਛਲੇ ਕਾਫੀ ਸਮੇਂ ਤੋਂ ਭਾਵੇਂ ਅਕਾਲੀ ਸਰਕਾਰ ਹੋਵੇ ਭਾਵੇਂ ਕਾਂਗਰਸ ਸਰਕਾਰ, ਸਮੇਂ ਸਮੇਂ 'ਤੇ ਜਿਹੜਾ ਇਹੋ ਜਿਹੇ ਕੈਂਪ ਲੱਗਦੇ ਰਹਿੰਦੇ ਆ, ਪਰ ਜਿਹੜਾ ਨਤੀਜਾ ਇਹ ਦੇਖਿਆ ਜਾਂਦਾ ਕਿ ਕੁਝ ਸਮੇਂ ਲਈ ਪੁਲਿਸ ਜਿਹੜੀ ਐਕਟਿਵ ਹੁੰਦੀ ਹੈ ਪਰ ਬਾਅਦ ਦੇ ਵਿੱਚ ਕਹਾਣੀ ਉੱਥੇ ਦੀ ਉੱਥੇ ਫਿਰ ਆ ਜਾਂਦੀ ਹੈ, ਕੀ ਕਾਰਨ ਹੈ? ਦੇਖੋ, ਜਿਹੜੀ ਪੁਲਿਸ ਆ ਉਹ ਸਮਾਜ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਬੁਰਾਈ ਫੈਲੀ ਹੋਈ ਆ, ਚਾਹੇ ਉਹ ਨਸ਼ਿਆਂ ਦੀ ਬੁਰਾਈ ਹੋਵੇ, ਚਾਹੇ ਉਹ ਕੋਈ ਹੋਰ ਜਿਹੜੇ ਮਾੜੇ ਅੰਸਰਾਂ ਦੇ ਬਰਖਿਲਾਫ ਵਿੱਢੀ ਮਹਿੰਮ ਦੇ ਲਈ ਅਸੀਂ ਸਦਾ ਹੀ 24 ਘੰਟੇ ਤਤਪਰ ਹਾਂ ਅਤੇ ਅਸੀਂ ਆਪਣੀ ਮਿਹਨਤ ਦੇ ਨਾਲ ਅਸੀਂ ਆਪਣਾ ਕੰਮ ਕਰਦੇ ਜਾ ਰਹੇ ਹਾਂ ਅਤੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਅਤੇ ਸਾਡੇ ਲਈ ਸਮੇਂ ਦੀ ਕੋਈ ਗੱਲ ਨਹੀਂ। ਅਸੀਂ ਤਾਂ 24 ਘੰਟੇ ਇਹ ਨਸ਼ੇ ਦੇ ਮਾੜੇ ਪ੍ਰਭਾਵਾਂ ਦੇ ਤੋਂ ਲੋਕਾਂ ਨੂੰ ਜਾਗਰਤੀ ਕਰਨ ਦੇ ਲਈ ਅਤੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਬਰਖਿਲਾਫ ਕਾਰਵਾਈ ਕਰਨ ਦੇ ਲਈ ਤਤਪਰ ਹਾਂ। ਸਰ, ਅੱਜ ਪਤਾ ਲੱਗਿਆ ਵੀ ਸਹੀ ਕਲਿਆਂ ਦੀ ਜਿਹੜੀ ਪੰਚਾਇਤ ਆ ਉਹਨੇ ਇਸ ਸਮਾਗਮ ਦੇ ਵਿੱਚ ਸਹਿਯੋਗ ਨਹੀਂ ਦਿੱਤਾ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਸਰ, ਮੈਂ ਇਸ ਬਾਰੇ ਨਹੀਂ ਕੁਛ ਕਹਿ ਸਕਦਾ। ਦੇਖੋ, ਤੁਸੀਂ ਇਕੱਠ ਦੇਖੋ ਲੋਕਾਂ ਦਾ ਅਤੇ ਸਾਰੇ ਲੋਕਾਂ ਦਾ, ਸਾਨੂੰ ਅਸੀਂ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਤੋਂ ਸਾਡਾ ਤਾਂ ਆਮ ਲੋਕਾਂ ਦੇ ਨਾਲ ਸੰਬੰਧਿਤ ਆ ਸਾਡਾ, ਇਹਦੇ ਬਾਰੇ ਨਹੀਂ ਮੈਂ ਕੋਈ। ਅਜਿਹੀਆਂ ਪੰਚਾਇਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ, ਵੀ ਅੱਗੇ ਤੋਂ ਰਲ ਮਿਲ ਕੇ ਕਰਨਾ ਚਾਹੀਦਾ ਜਾਂ ਕਿਵੇਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਕਹਿੰਦੇ ਵੀ ਪ੍ਰੋਗਰਾਮ ਕਰਾਏ ਜਾਣ, ਤੁਸੀਂ ਕੀ ਸੰਦੇਸ਼ ਦੇਣਾ? ਇਹ ਤਾਂ ਹੁਣ ਤੁਹਾਡੇ ਜੋ ਤੁਸੀਂ ਬੋਲ ਰਹੇ ਹੋ ਤੁਹਾਡੇ ਸ਼ਬਦਾਂ ਦੇ ਵਿੱਚ ਹੀ ਸਪਸ਼ਟ ਹੋ ਰਿਹਾ। ਥੈਂਕ ਯੂ। ਕਲੱਬ ਆਗੂ ਨਵਤੇਜ ਸਿੰਘ ਭੋਲਾ ਨੇ ਕਿਹਾ ਕਿ ਇੱਕ ਮਾਂ ਬਾਪ ਆਪਣੇ ਪੁੱਤ ਨੂੰ ਵਡੇਪੇ ਦਾ ਸਹਾਰਾ ਸਮਝ ਕੇ ਬੜੇ ਹੀ ਚਾਵਾਂ ਨਾਲ ਪਾਲਦੇ ਨੇ, ਪਰ ਜਦੋਂ ਹੀ ਪੁੱਤ ਨਸ਼ਿਆਂ ਦੇ ਰਾਹ ਤੁਰ ਪਵੇ ਤਾਂ ਮਾਪਿਆਂ ਨੂੰ ਧਰਤੀ ਵੇਹ ਨਹੀਂ ਦਿੰਦੀ। ਉਹਨਾਂ ਕਿਹਾ ਕਿ ਜਿੱਥੇ ਕਲੱਬ ਦੇ ਸਾਡੇ ਸਾਥੀ ਵੱਧ ਤੋਂ ਵੱਧ ਆਪਣਾ ਜੇਬ ਦਾ ਖਰਚ ਰੋਕ ਅਤੇ ਘਰੋਂ ਦਸਵੰਧ ਦੇ ਰੂਪ ਵਿੱਚ ਪਿੰਡ ਦੇ 90 ਦੇ ਕਰੀਬ ਬੇਸਹਾਰਾ ਘਰਾਂ ਵਿੱਚ ਰਾਸ਼ਨ ਪਹੁੰਚਾ ਰਹੇ ਨੇ, ਉੱਥੇ ਕਈ ਮਾਪਿਆਂ ਨੇ ਸਾਨੂੰ ਭਰੇ ਮਨ ਨਾਲ ਕਿਹਾ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਦੇਖ ਕੇ ਖੁਸ਼ੀ ਹੁੰਦੀ ਹੈ। ਉੱਥੇ ਦਿਲ 'ਚ ਉਹੀ ਚੀਜ਼ ਨਿਕਲੀ ਹੈ ਕਿ ਸਾਡੇ ਪੁੱਤਰ ਵੀ ਜੋ ਮਾੜੀ ਸੰਗਤ ਦਾ ਸ਼ਿਕਾਰ ਹੋ ਗਏ ਨੇ, ਨਸ਼ਿਆਂ ਦੀ ਦਲਦਲ ਵਿੱਚ ਫਸੇ ਪਏ ਨੇ, ਉਹ ਵੀ ਆਪਣੇ ਪਿੰਡ ਦੇਸ਼ ਸਮਾਜ ਦੀ ਸੇਵਾ ਕਰਨ। ਤਾਂ ਉਹਨਾਂ ਬਜ਼ੁਰਗ ਮਾਪਿਆਂ ਦੀ ਕੁਰਲਾਹਟ ਸੁਣ ਕੇ ਸਾਰੇ ਕਲੱਬ ਮੈਂਬਰਾਂ ਫੈਸਲਾ ਕੀਤਾ ਕਿ ਇਹ ਕੈਂਪ ਲਵਾ ਕੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰੀਏ ਤਾਂ ਜੋ ਨਸ਼ੇ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਅੱਜ ਦਾ ਇਹ ਕੈਂਪ ਸਾਡੀ ਕਲੱਬ ਸ਼ਹੀਦ ਦਲੀਪ ਸਿੰਘ ਸਪੋਰਟਸ ਕਲੱਬ, ਸ਼ਹੀਦ ਹਰਗੋਪਾਲ ਸਿੰਘ ਸਪੋਰਟਸ ਕਲੱਬ
ਅਤੇ ਯੁਵਕ ਸਭਾਵਾਂ ਸਪੋਰਟਸ ਕਲੱਬ ਵੱਲੋਂ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਅਸੀਂ ਕੱਲ੍ਹ ਮਾਣਯੋਗ ਡੀਸੀ ਸਾਹਿਬ ਅਤੇ SSP ਸਾਹਿਬ ਨਾਲ ਇਸ ਸੰਬੰਧੀ ਮੀਟਿੰਗ ਕਰਕੇ ਆਏ ਸੀ। ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ ਅਤੇ ਅੱਜ ਅਸੀਂ ਪਿੰਡ ਦੇ ਸਾਰੇ ਕਲੱਬ ਇਕੱਠੀ ਹੋ ਗਏ ਅਤੇ ਪਿੰਡ ਦੇ ਜਿਹੜੇ ਸਾਡੇ ਮੋਹਧਵਰ ਪਤਵੰਤ ਅਤੇ ਬਜ਼ੁਰਗ ਸਾਡੇ ਸੀਗੇ ਉਹਨਾਂ ਦੀ ਰਹਿਨੁਮਾਈ ਹੇਠ ਅੱਜ ਦਾ ਇਹ ਕੈਂਪ ਆਯੋਜਨ ਕੀਤਾ ਸੀਗਾ ਜੀ। ਇਹਦੇ ਵਿੱਚ ਕੋਈ ਜਿਹੜੇ ਪੇਸ਼ੈਂਟ ਆਏ ਅੱਗੇ ਜਿਹੜੇ ਕੋਈ ਨਸ਼ਾ ਛੱਡਣ ਵਾਲੇ? ਬਿਲਕੁਲ ਆਈ ਆ, ਉਹਨਾਂ ਨੇ ਕੱਲ੍ਹ ਹੀ ਸਾਡੇ ਕੋਲ ਆ ਗਏ ਸੀ। ਉਹ ਕੱਲ੍ਹ ਸ਼ਾਮ ਨੂੰ ਸਾਨੂੰ ਉਹਨਾਂ ਨੇ ਕਿਹਾ, ਮੁੰਡਿਆਂ ਨੇ ਤਕਰੀਬਨ 5 ਦੇ ਕਰੀਬ ਮੁੰਡੇ ਸੀਗੇ ਵੀ ਜਿਹੜੇ ਕਹਿੰਦੇ ਸੀ ਸਾਡਾ ਵੀ ਅਸੀਂ ਯਾਰ ਤੁਹਾਡੇ ਨਾਲ ਸਹਿਮਤ ਹਾਂ ਵੀ ਸਾਡਾ ਹੈਲਪ ਕਰੋ, ਸਾਡੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਉਹਨਾਂ ਨੇ ਆਪਣੇ ਆਪ ਤੁਹਾਡੇ ਕੋਲ ਪਹੁੰਚ ਕੀਤੀ ਜਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕੀਤਾ? ਆਪਣੇ ਆਪ ਹੁਣ ਅਸੀਂ ਮਤਲਬ ਅਸੀਂ ਵੀ ਪੈਸੇ ਕਹਿ ਰਹੇ ਹਾਂ ਪਰ ਉਹ ਉਹਨਾਂ ਨੂੰ ਪਤਾ ਲੱਗਿਆ ਵੀ ਕਿਵੇਂ ਨਾ ਕਿਵੇਂ ਉਹਨਾਂ ਨੇ ਸਾਡੇ ਨਾਲ ਸੰਪਰਕ ਬਣਾਇਆ ਅਤੇ ਅੱਜ ਉਹ ਕੈਂਪ ਦੇ ਵਿੱਚ ਮੌਜੂਦ ਵੀ ਸੀ। ਜਿਹੜੇ ਮੁੰਡੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਨੂੰ ਕਿਸ ਤਰ੍ਹਾਂ ਨਸ਼ਾ ਛਡਾਉਂਗੇ ਫਿਰ ਤੁਸੀਂ ਆਪਣੇ ਕਲੱਬ ਵੱਲੋਂ? ਅਸੀਂ ਉਹਨਾਂ ਦੀ ਹਰ ਪੱਖੋਂ ਸਹਾਇਤਾ ਕਰਾਂਗੇ। ਜਿਵੇਂ ਪ੍ਰਸ਼ਾਸਨ ਨੇ ਵੀ ਦੱਸਿਆ ਵਾ ਵੀ ਉਹਨਾਂ ਦੇ ਬਣੇ ਹੋਏ ਆ ਸੈਂਟਰ, ਨਸ਼ਾ ਛਡਾਊ ਕੇਂਦਰ, ਉਹਨਾਂ ਦੇ ਵਿੱਚ ਮਤਲਬ ਅਸੀਂ ਤਾਂ ਕਲੱਬ ਸਾਡੀ ਇੰਨੀ ਆਪਦੇ ਵੱਲੋਂ ਉਹ ਜਿਹੜੀ ਚੀਜ਼ 'ਤੇ ਉਹਨਾਂ ਨੂੰ ਲੋੜ ਆ ਉਹ ਅਸੀਂ ਮੁਹੱਈਆ ਕਰਾਵਾਂਗੇ। ਉਹ ਕੋਈ ਮੈਡੀਸਨ ਆ ਜਾਂ ਕੋਈ ਉਹਨਾਂ ਦਾ ਇਲਾਜ ਵੱਲੋਂ ਉਹਨਾਂ ਨੂੰ ਕੋਈ ਪੈਸੇ ਨਹੀਂ ਹੈਗੇ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਬੱਚੇ ਜਿਹੜੇ ਇਸ ਨਸ਼ੇ ਤੋਂ ਪੀੜਤ ਹੈਗੇ? ਸਾਡੇ ਜੀ ਵੇਚਣ ਵਾਲੇ ਤਾਂ ਹੈਗੇ ਆ 10 ਕੁ ਦੇ ਕਰੀਬ 10-12 ਬੰਦੇ ਅਤੇ ਪੀਣ ਵਾਲੇ 60-65 ਮੁੰਡੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।